ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਵਿੱਚ ਇੱਕ ਹੋਟਲ 'ਚ ਕਰੀਬ ਸਵੇਰੇ 3 ਵਜੇ ਇੱਕ ਮਰਡਰ ਦਾ ਮਾਮਲਾ ਸਾਹਮਣੇ ਆਇਆ ਸੀਗਾ, ਜਿਹਦੇ ਵਿੱਚ ਪੁਲਿਸ ਨੇ 2 ਜਿਹੜੇ ਐਕਿਊਜ਼ ਨੇ ਉਹਨਾਂ ਨੂੰ ਕਾਬੂ ਕਰ ਲਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਸ਼ਿਵਮ ਸ਼ੁਕਲਾ 24 ਸਾਲ ਦਾ ਦੱਸਿਆ ਜਾ ਰਿਹਾ, ਜੋ ਕਿ ਹੋਟਲ ਚਲਾਉਂਦਾ, ਉਹਦਾ ਮਰਡਰ ਕੀਤਾ ਗਿਆ। ਪੈਸੇ ਦਾ ਲੈਣ ਦੇਣ ਦੱਸਿਆ ਜਾ ਰਿਹਾ, ਜਿਸ ਨੂੰ ਲੈ ਕੇ ਹੁਣ ਪੁਲਿਸ ਪੂਰਾ ਇਨਵੈਸਟੀਗੇਟ ਕਰ ਰਹੀ ਹੈ। 2 ਇਹਦੇ ਵਿੱਚ ਕਾਬੂ ਕੀਤੇ ਗਏ ਨੇ, ਜੋ ਕਿ ਹੁਣ ਤੱਕ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੀ ਕੋਈ ਗੱਲਬਾਤ ਹੋਈ ਔਰ ਉਸ ਤੋਂ ਬਾਅਦ ਤੇਜ਼ ਹਥਿਆਰ ਦੇ ਨਾਲ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਾਡੇ ਨਾਲ ਸੀਨੀਅਰ ਆਫੀਸਰ ਨੇ, SHO ਜ਼ੀਰਕਪੁਰ ਨੇ। ਸਰ, ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਇਹਨਾਂ ਦੀ 2 ਦੀ ਗ੍ਰਿਫਤਾਰੀ ਹੋਈ ਹੈ? ਹਾਂਜੀ, ਇਹ ਨਾ ਸ਼ੁਭਮ ਨਾਂ ਦੇ ਬੰਦੇ ਨੇ ਤੇ ਇੱਕੇ ਮੁੰਡੇ ਨੇ ਆਪਣੇ ਨੇ ਸ਼ਿਵਮ ਨੇ। ਇਹਨਾਂ ਨੇ 2 ਬੰਦੇ ਯੂਪੀ ਦੇ ਰਹਿਣ ਵਾਲੇ ਨੇ ਪਿੱਛੋਂ ਇਹ। ਇਹਨਾਂ ਨੇ ਇੱਕ ਉਰੇ ਕਿਰਾਏ ਦੇ ਉੱਤੇ ਹੋਟਲ ਲਿਆ ਸੀਗਾ ਪਿਛਲੇ 1 ਸਾਲ ਤੋਂ। ਹੁਣ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਦੇ ਸੰਬੰਧੀ ਰੌਲਾ ਪੈ ਗਿਆ ਸੀਗਾ। ਕੱਲ ਇਹਨਾਂ ਦੀ ਆਪਸ ਦੇ ਵਿੱਚ ਕਾਫੀ ਤਕਰਾਰ ਹੋਇਆ। ਉਸ ਤੋਂ ਬਾਅਦ ਅੱਜ ਸਵੇਰੇ 3 ਵਜੇ ਇਹ ਆਪਣਾ ਜਿਹੜਾ ਮੁੰਡਾ ਸ਼ਿਵਮ ਆ ਇਹ ਆਪਦੇ ਨਾਲ ਦਾ ਇੱਕ ਨਿਖਿਲ ਤੇ ਕੁਛ ਹੋਰ 3-4 ਸਾਥੀਆਂ ਨੂੰ ਨਾਲ ਲੈ ਕੇ ਆਇਆ ਤੇ ਉਹਦੇ ਚਾਕੂ ਨਾਲ ਵਾਰ ਕਰੇ, ਕਿਰਚ ਦੇ ਨਾਲ ਵਾਰ ਕਰੇ, ਉਹਦੇ ਨਾਲ ਬੰਦੇ ਦੀ ਮੌਤ ਹੋ ਗਈ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ? ਪੂਰਾ ਪ੍ਰੀ ਪਲਾਨ ਤਰੀਕੇ ਨਾਲ ਇਹਨਾਂ ਨੇ ਪਲਾਨ ਬਣਾਇਆ ਸੀਗਾ ਕਿ ਵਾਰਦਾਤ ਨੂੰ ਅੰਜਾਮ ਦੇਣਾ ਜਾਂ ਆਪਸ 'ਚ ਪਹਿਲਾਂ ਝਗੜਾ ਵਗੈਰਾ ਹੋਇਆ ਸੀ? ਇਹਨਾਂ ਦਾ ਕੱਲ ਝਗੜਾ ਹੋਇਆ ਸੀਗਾ, ਹੁਣ ਇਹਨਾਂ ਨੇ ਅੱਜ ਸਵੇਰੇ ਜਿਹੜਾ ਮਰਡਰ ਕਰਿਆ ਉਹ ਪੂਰੇ ਪਲਾਨ ਨਾਲ ਕਰਿਆ ਜੀ। ਹਾਂਜੀ, ਤੇ ਕਿੰਨੇ ਲੋਕ ਇਹਦੇ ਵਿੱਚ ਇਨਵੋਲਵ ਨੇ ਹੁਣ ਤੱਕ? ਇਹਦੇ ਵਿੱਚ ਹੁਣ ਤੱਕ 5 ਬੰਦੇ ਸਾਡੇ ਸਾਹਮਣੇ ਆਏ ਨੇ। ਠੀਕ ਹੈ, ਮੇਨ ਅਕਿਊਜ਼ ਫੜ ਲਿਆ ਸਰ? ਮੇਨ ਅਕਿਊਜ਼ ਫੜ ਲਿਆ। ਤੇ ਇਹਨਾਂ ਦੀ ਰਿਕਵਰੀ ਕੁਝ ਹੋਈ ਹੈ? ਇਹਨਾਂ ਤੋਂ ਰਿਕਵਰੀ ਕਰਾਉਣ ਲਈ ਜਾ ਰਹੇ ਹਾਂ ਜੀ। ਠੀਕ ਹੈ, ਰਿਕਵਰੀ ਕਰਾਉਣ ਜਾ ਰਹੇ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜਾ ਆਇਆ, ਕਿੱਥੇ ਕਿੱਥੇ ਉਹਨਾਂ ਨੂੰ ਜਿਹੜੀ ਹੈਗੀ ਇੰਜਰੀ ਹੋਈ ਸੀ ਜਿਹੜਾ ਦੀ ਹੈ? ਇੱਕ ਉਹਦੇ ਸਿਰ 'ਚ ਵੱਜੀ ਆ, ਕੁਛ ਪੇਟ ਦੇ ਵਿੱਚ ਵੱਜੀਆਂ ਹੋਈਆਂ ਨੇ। ਓਕੇ, ਹਾਂਜੀ ਹਾਂਜੀ, ਯਾਨੀ ਕਿ ਬੇਰਹਿਮੀ ਨਾਲ ਮਰਡਰ? ਹਾਂਜੀ, ਪੂਰਾ ਬੇਰਹਿਮੀ ਨਾਲ। ਸਰ, ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗਾ? ਹਜੇ ਉਹ ਵੇਖ ਰਹੇ ਹਾਂ ਅਸੀਂ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਪੈਸੇ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਇਹਨਾਂ ਦੀ ਆਪਸੀ ਕੋਈ ਗੱਲਬਾਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਬੜੀ ਬੇਰਹਿਮੀ ਦੇ ਨਾਲ, ਤੇਜ਼ਧਾਰ ਹਥਿਆਰ ਦੇ ਨਾਲ ਇਹਨਾਂ ਨੇ ਇਹ ਮਰਡਰ ਕੀਤਾ ਔਰ ਉਸ ਤੋਂ ਬਾਅਦ ਇਹ ਉੱਥੋਂ ਫਰਾਰ ਹੋ ਗਏ ਸੀ। ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਹੁਣ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਹੋਰ ਕੌਣ ਕੌਣ ਇਹਨਾਂ ਦੇ ਸਾਥੀ ਹੈ ਸਾਰਿਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਲੇਕਿਨ ਕਾਫੀ ਬੇਰਹਿਮੀ ਦੇ ਨਾਲ ਸ਼ਿਵਮ ਸ਼ੁਕਲਾ ਦਾ ਮਰਡਰ ਹੋਇਆ ਤੇ ਪੁਲਿਸ ਨੇ ਹੁਣ ਇਨਵੈਸਟੀਗੇਸ਼ਨ ਕਰਦੇ ਹੋਏ FIR ਦਰਜ ਕਰ ਲਈ ਹੈ। 2 ਐਕਿਊਜ਼ ਜਿਹੜੇ ਮੇਨ ਦੱਸੇ ਜਾ ਰਹੇ ਨੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਰਿਕਵਰੀ ਵਾਸਤੇ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਪੁਲਿਸ ਮੁਤਾਬਿਕ ਇਹ ਪੂਰਾ ਪੈਸੇ ਦਾ ਲੈਣ ਦੇਣ ਸੀ, ਜਿਸ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿਹੜੇ 2 ਐਕਿਊਜ਼ ਫੜੇ ਗਏ ਨੇ, ਪੁਲਿਸ ਜ਼ੀਰਕਪੁਰ ਪੁਲਿਸ ਸਟੇਸ਼ਨ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਕਿ ਕਿਸ ਤਰ੍ਹਾਂ ਇਹ ਪਲੈਨਿੰਗ, ਕਿਉਂਕਿ ਪਹਿਲਾਂ ਲੜਾਈ ਹੋਈ ਸੀ, ਪਹਿਲਾਂ ਇਹਨਾਂ ਦਾ ਝਗੜਾ ਹੋਇਆ ਸੀ ਆਪਸ 'ਚ ਔਰ ਉਸ ਤੋਂ ਬਾਅਦ ਇਹਨਾਂ ਨੇ ਦੇਰ ਰਾਤ ਕਰੀਬ 3 ਵਜੇ ਆ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਹੁਣ ਪੂਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਕਿਸ ਤਰ੍ਹਾਂ ਦੇ ਸਰਕਮਸਟਾਂਸਿਸ ਹੋਏ ਹਨ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਅੱਜ ਸਵੇਰ 3 ਵਜੇ ਦੀ ਵਾਰਦਾਤ ਹੈ ਹੋਟਲ ਗਲੈਕਸੀ ਜ਼ੀਰਕਪੁਰ, ਜਿੱਥੇ ਇਹ ਪੂਰੀ ਵਾਰਦਾਤ ਹੋਈ ਹੈ ਤੇ ਇਹੀ ਐਕਿਊਜ਼ ਨੇ ਜਿਨ੍ਹਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੋਂ ਫਰਾਰ ਹੋ ਗਏ। ਜ਼ੀਰਕਪੁਰ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।